ਮੇਰੇ ਵੱਲੋਂ ਸਭ ਪਿਆਣ ਪਾਈਆਂ ਨੂੰ ਸਲਾਮ ਹੋਵੇ ਜਗਤਾਂ ਬਜ਼ੁਰਗਾ ਤੇ ਮਾਈਆਂ ਨੂੰ ਸਲਾਮ ਹੋਵੇ ਅੱਜ ਦਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਇਆ ਮਾਂ ਅੱਜ ਦੀ ਗੱਲ ਤੇ ਅੱਜ ਦੀ ਗੱਲ ਦੇ ਵਿੱਚ ਅਸੀਂ ਅੱਜ ਫੈਸਲਾਬਾਦ ਤੋਂ ਸਾਡੇ ਕੋਲ ਜਿਹੜੇ ਮਹਿਮਾਨ ਆਏ ਨੇ ਅਸੀਂ ਉਹਨਾਂ ਨੂੰ ਇਸ ਪ੍ਰੋਗਰਾਮ ਦੇ ਵਿੱਚ ਮధుਕੀਤਾ ਤਾਂ ਕਿ ਉਹ ਸਾਲਿਹਾ ਜੜਾ ਵਾਲਾ ਦੇ ਤਲਕ ਨਾਲ ਸਾਡੋਂ ਬਹੁਤ ਸਾਰੀਆਂ ਹਕੀਕਤਾਂ ਨੂੰ ਸਾਡੇ ਨਾਲ ਬਿਆਨ ਕਰਨ ਅਸੀਂ ਉਹਨਾਂ ਨੂੰ ਅੱਜ ਦੇ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ ਕਹਿੰਦੇ ਆਓ ਨਾਜ਼ਰੀਨ ਅਸੀਂ ਉਹਨਾਂ ਨਾਲ ਗੱਲ ਕਰਨੇ ਆ ਰੈਵਰੈਂਟ ਫਿਆਜ਼ ਮਿਰਾਜ ਅੱਜ ਦੇ ਪ੍ਰੋਗਰਾਮ ਦੇ ਵਿੱਚ ਮੈਂ ਰੈਵਰੈਂਟ ਫਿਆਜ਼ ਮਿਰਾਜ ਸਾਹਿਬ ਨੂੰ ਖੁਸ਼ਾਮਦੀਦ ਕਹਿੰਦਾ ਜੀ ਆਇਆਂ ਨੂੰ ਕਹਿੰਦਾ ਅੱਜ ਅਸੀਂ ਆਪਣੇ ਮਹਿਮਾਨ ਦੇ ਕੋਲੋਂ ਸਾਧਾ ਜੜ੍ਹਾਂ ਵਾਲਾ ਦੇ حوالے ਨਾਲ ਬਹੁਤ ਸਾਰੇ ਹਕੀਕਤਾਂ ਤੋਂ ਅਸ਼ਕਾਰ ਹੋਵਾਂਗੇ ਜੀ ਸ਼ੁਕਰੀਆ ਮੁਝੇ ਖੁਦਾਵੰਦ ਸਾਬ مسیਹੀ ਬਰਾਦਰੀ ਨੂੰ ਮੇਰੀ ਵੱਲੋਂ ਸਲਾਮ ਤੇ ਮੈਂ ਇਸ ਚੈਨਲ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਜਿਨੇ ਮੈਨੂੰ ਮੌਕਾ ਦਿੱਤਾ ਕਿ ਮੈਂ ਇੱਥੇ ਆਵਾਂ ਤੇ ਇਹਨਾਂ ਦੇ ਨਾਲ ਜੋ ਕੁਝ ਮੈਂ ਅਕੀ ਵੇਖਿਆ ਉਹ ਸਾਰਾ ਕੁਝ ਜਿਹੜਾ ਲੋਕਾਂ ਨੂੰ ਦੱਸ ਸਕਾਂ ਲੋਕਾਂ ਨੂੰ ਜਿਹੜਾ ਸਾਰੀ ਹਕੀਕਤ ਜਿਹੜੀ ਹੈ ਉਹਦੇ ਤੋਂ آگਾਹ ਕਰ ਸਕਾਂ ਮੈਂ ਸ਼ੁਕਰਗੁਜ਼ਾਰ ਹਾਂ ਤੁਹਾਡਾ ਕਿ ਤੁਸੀਂ ਅੱਜ ਸਾਨੂੰ ਸਾਡੇ ਚੈਨਲ ਨੂੰ ਆਪਣਾ ਬੜਾ ਕੀਮਤੀ ਵਕਤ ਦਿੱਤਾ ਹੈ ਮੈਂ ਇੱਕ ਗੱਲ ਦਾ ਦੇ ਨਾਲ ਆਗਾਜ਼ ਕਰਨ ਲੱਗਾ ਮੈਂ ਅਗਰ ਉਸ ਗੱਲ ਨੂੰ ਬਿਆਨ ਕਰਾਂ ਤੇ ਅੰਦਰੋਂ ਤੇਰਾ ਸੀਨਾ ਉਹ ਇਹਨਾਂ ਨੂੰ ਸੜਿਆ ਪਿਆ ਕਿ ਉਹਦੇ ਚੋਂ ਕੋਈ ਚੰਗੀ ਗੱਲ ਨਿਕਲਦੀ ਨਹੀਂ ਪਈ ਮੈਂ ਲਫ਼ਜ਼ ਬੋਲਣ ਲੱਗਾ ਕਿ ਜ਼ਾਲਮਾ ਨੇ ਜ਼ਾਲਮਾ ਨੇ ਜੜਾ ਵਾਲੇ ਨੂੰ ਜੜੀ ਪੁੱਟ ਦੇਂਦੀ ਉਹਨਾਂ ਬੜੀ ਕੋਸ਼ਿਸ਼ ਕੀਤੀ ਏ ਲੇਕਿਨ ਮੈਂ ਅੱਜ ਖੁਦਾ ਦੇ ਬੰਦਾ ਰਮਨ ਫਿਆਜ਼ ਮੈਰਾਜ ਸਾਹਿਬ ਨਾਲ ਚੰਦ ਸਵਾਲਾਤ ਔਰ ਹਕੀਕਤਾਂ ਤੋਂ ਜਿਹੜੀਆਂ ਉਹਨਾਂ ਨੇ ਆਪਣੀ ਅੱਖਾਂ ਨਾਲ ਵੇਖਿਆ ਅਸੀਂ ਉਹਨਾਂ ਦੇ ਕੋਲੋਂ ਸੁਣਾਂਗੇ ਤੇ ਪਾਦੀ ਸਾਹਿਬ ਤੁਸੀਂ ਜਦੋਂ ਸਾਨਹਿਆ ਜੜਾਂ ਵਾਲਾ ਦੇ ਵਿੱਚ ਜਿਹੜਾ ਕਿ 16 ਅਗਸਤ ਨੂੰ ਹੋਇਆ ਤਾਂ ਉਸ ਸਾਨਹਿਆ ਦੇ ਵਿੱਚ ਜੋ ਕੁਝ ਤੁਸੀਂ ਵੇਖਿਆ ਔਰ ਦੇ ਦਿਨ ਤੱਕ ਤੁਸੀਂ ਕੀ ਮਹਿਸੂਸ ਕਰਦੇ ਪਏ ਸੀ ਸਭ ਤੋਂ ਪਹਿਲੇ ਤੇ ਉਸ 16 ਅਗਸਤ ਨੂੰ ਮੈਂ ਬਹੁਤ ਹੀ ਰਿਲੈਕਸ ਆਪਣੇ ਘਰ ਬੈਠਾ ਸੀ ਅਚਾਨਕ ਫੇਸਬੁਕ ਤੇ ਖਬਰ ਦੇਖੀ ਕੁਝ ਵਟਸਐਪ ਤੇ ਜਿਹੜੀਆਂ ਉਹ ਖਬਰਾਂ ਆਈਆਂ ਕੁਝ ਮੈਸੇਜ ਆਏ ਉਸ ਵਕਤ ਦੁਪਹਿਰ ਦਾ ਟਾਈਮ ਸੀ 2 ਵਜੇ ਹੂੰ ਔਰ ਸਾਰਾ ਕੁਝ ਦੇਖਦੇ ਹੋਏ ਰੌਂਗ ਠੇ ਖੜੇ ਹੋ ਗਏ ਸੀ ਹੂੰ ਇਹ ਕੀ ਹੋ ਗਿਆ ਫੌਰਨ ਟਾਈਮ ਜ਼ਾਇਆ ਕੀਤੇ ਬਿਨਾਂ ਅਸੀਂ ਉੱਥੇ ਪਹੁੰਚੇ ਆ तकरीबन ਪੌਣੇ 4 ਵਜੇ ਅਸੀਂ ਉੱਥੇ ਸਨ ਪੁਲਿਸ ਕਾਫੀ ਸੀ ਆਪਣੀ ਜਦੋ ਜੋਹਦ ਕਰ ਰਹੀ ਸੀ ਜੋ ਕੁਝ ਕਰ ਸਕਦੇ ਸਨ ਉਹਨਾਂ ਨੇ ਕੀਤਾ ਲੇਕਿਨ ਜਦੋਂ ਅਸੀਂ ਉੱਥੇ ਇੰਟਰ ਹੋਏ ਆ ਸਭ ਤੋਂ ਪਹਿਲੇ ਅਸਿਕ ਚਰਚ ਮਲੇ ਸਾਨੂੰ ਕੁਝ ਲੋਕ ਲੈ ਕੇ ਗਏ ਚਰਚ ਲੈ ਕੇ ਗਏ ਨੇ ਤੇ ਸਭ ਕੁਝ ਚਰਚ ਜਿਹੜਾ ਅਸੀਂ ਨਾਲ ਰਾਖ ਹੋ ਚੁੱਕੇ ਸੀ ਅੰਦਰ ਬਾਈਬਲਸ ਮੁਕੱਦਸ ਦਾ ਢੇਰ ਲੱਗਾ ਸੀ ਯਾਨੀ ਕਿ ਹਰ ਇੱਕ ਖਾਨਦਾਨ ਦੇ ਕੋਲ ਜਿੰਨੇ ਆਫਰਾਦ ਸੀ ਉਹਨਾਂ ਦੀ ਆਪਣੀ ਆਪਣੀ ਬਾਈਬਲ ਔਰ ਜਾਂ ਚਰਚ ਦੇ ਵਿੱਚ ਕੁਝ ਮੌਜੂਦਾ ਬਾਈਬਲਸ ਹੁੰਦੀਆਂ ਨੇ ਉਹ ਬਾਸਬ ਕੁਝ ਸੜ ਕੇ ਰਾਖ ਹੋ ਚੁੱਕਿਆ ਸੀ ਫਰਨੀਚਰ ਹਰ ਚੀਜ਼ ਜਿਹੜੀ ਸੀ ਉਹ ਖਤਮ ਹੋ ਚੁੱਕੀ ਸੀ ਟੀਆਂ ਬੇਟੀਆਂ ਨੂੰ ਭੈਣਾਂ ਨੂੰ ਵੇਖਿਆ ਉਹਨਾਂ ਦੇ ਚਿਹਰਿਆਂ ਤੇ ਇੱਕ ਗਮ ਸੀ ਇੱਕ ਜਿਹੜਾ ਸੀ ਖੌਫ ਹੈਗਾ ਸੀ ਉਸ ਸਾਰਾ ਕੁਝ ਵੇਖਦਿਆਂ ਹੋਇਆਂ ਉਸ ਵਕਤ ਮੇਰੀ ਜ਼ੁਬਾਨ ਚੋਂ ਕੁਝ ਨਿਕਲ ਹੀ ਨਹੀਂ ਸਕਿਆ ਮੈਂ ਕੁਝ ਬੋਲ ਹੀ ਨਹੀਂ ਸਕਿਆ ਮੈਂ ਕੁਝ ਕਹਿ ਨਹੀਂ ਸਕਿਆ ਮੈਂ ਸਿਰਫ ਇੱਕ ਭੈਣ ਨੂੰ ਇੱਕ ਸਵਾਲ ਪੁੱਛਿਆ ਸੀ ਕਿ ਭੈਣ ਤੁਹਾਨੂੰ ਤਾਂ ਹੀ ਕੁਝ ਨਹੀਂ ਆਖਿਆ ਇਹਨਾਂ ਨੇ ਲੇਕਿਨ ਉਹ ਭੈਣ ਨੇ ਫੇਰ ਵੀ ਮੈਨੂੰ ਜਵਾਬ ਜ਼ਰੂਰ ਦਿੱਤਾ ਹੈ ਲੇਕਿਨ ਉਹਨੇ ਗਮ ਦੇ ਵਿੱਚ ਸੀ ਉਹ ਪਰੇਸ਼ਾਨੀ ਚ ਸੀ ਔਰ ਇਹ ਅੱਖਾਂ ਦੇ ਵਿੱਚ ਜਿਹੜਾ ਸੀ ਖੌਫ ਨਜ਼ਰ ਆ ਰਿਹਾ ਸੀ ਉਹਨੇ ਕਿਹਾ ਨਹੀਂ ਸਾਨੂੰ ਇਹਨਾਂ ਨੇ ਕੁਝ ਨਹੀਂ ਆਖਿਆ ਫੇਰ ਵੀ ਉਤੇ ਤਸੱਲੀ ਨਹੀਂ ਪਾਈ ਹੂੰ ਜਿਦਾ ਘਰ ਸੜ ਜਾਵੇ ਜਿਹਦੀ ਇੱਕ ਮੁਕद्दस ਇਬਾਦਤਗਾਹ ਸੜ ਜਾਵੇ ਉਹਦੇ ਤੇ ਕੀ ਬੀਤਰੀ ਹੋਵੇਗੀ ਅਗਰ ਇਸ ਤਰ੍ਹਾਂ ਕੋਈ ਵਾਕਿਆ ਹੋਇਆ ਵੀ ਏ ਤੇ ਚਲੋ ਮੰਨਿਆ ਹੋਇਆ ਏ ਉਹਨੂੰ ਫੜੋ ਉਹਨੂੰ ਸਜ਼ਾ ਦਿਓ ਹੂੰ ਲੇਕਿਨ ਕੁਝ ਐਸੇ ਸ਼ਰਪਸੰਦ ਲੋਗ ਇਕੱਠੇ ਹੋਏ ਪੂਰੇ ਦਾ ਪੂਰਾ ਪਲਾਨ ਕੀਤਾ ਗਿਆ ਇਹ ਪਤਾ ਨਹੀਂ ਕਿੰਨੀ ਦੇਰ ਤੋਂ ਉਹਨਾਂ ਦਾ ਪ੍ਰੋਗਰਾਮ ਚੱਲ ਰਿਹਾ ਸੀ ਕੀ ਹੋ ਰਿਹਾ ਸੀ ਕੀ ਨਹੀਂ ਹੋ ਰਿਹਾ ਅੰਦਰ ਖਾਤਾ ਅਸੀਂ ਕੀ ਕਰਾਂਗੇ ਕੀ ਨਹੀਂ ਕਰਾਂਗੇ ਜਿਹੜਾ ਤੇ ਸ਼ਾਇਦ ਕਿ ਕਿਸੇ ਲੋਗ ਵਹਿਮੋ ਗੁਮਾਨ ਵੀ ਨਹੀਂ ਸੀ ਹੈਗਾ ਇਵਨ ਕੇ ਪੁਲਿਸ ਅਧਾਰੇ ਨੂੰ ਵੀ ਪਤਾ ਨਹੀਂ ਸੀ ਹੈਗਾ ਉਹ ਵੀ ਵਿਚਾਰੇ ਜਿਹੜੇ ਉਸ ਵਕਤ ਜਿਹੜੇ ਸੀ ਉਹ ਬਿਜਾਰ ਮਦਦਗਾਰ ਖਲੋਤੇ ਸਨ ਇੰਨਾ ਜਥਾ ਇੰਨੇ ਗੁੱਸੇ ਦੇ ਵਿੱਚ ਇੰਨੇ ਹਥਿਆਰ ਥੋੜੇ ਉਹ ਕਿੱਥੋਂ ਆ ਗਏ ਹੂੰ ਉਹ ਕੈਮੀਕਲ ਕਿੱਥੋਂ ਆ ਗਿਆ ਮੇਨ ਕਿ ਉਹ ਵੈਲ ਪਲਾਨ ਹੈਗਾ ਸੀ ਸਾਰਾ ਕੁਝ ਜਿਹੜਾ ਪਹਿਲੇ ਉਹਦਾ ਬੰਨਬਸ ਕੀਤਾ ਗਿਆ ਸੀ ਪੁਲਿਸ ਅਸੀਂ ਉੱਥੋਂ ਨਿਕਲੇ ਆਂ ਔਰ ਜਦੋਂ ਨਿਕਲੇ ਆਂ ਤੇ ਇੱਕ ਕਾਫੀ ਜਿ ਸਰਫ ਯੰਗ ਲੋਗਾ ਦਾ ਯੰਗ ਲੋਗਾ ਦਾ ਜਲੂਸ ਸੀ ਅੱਗੇ-ਅੱਗੇ ਪੁਲਿਸ ਰੁਕਣ ਦੀ ਕੋਸ਼ਿਸ਼ ਕਰ ਰਹੀ ਹੈ ਔਰ ਉਹਨਾਂ ਮੋਰਨ ਦੀ ਕੋਸ਼ਿਸ਼ ਕਰ ਰਹੀ ਹੈ ਲੇਕਿਨ ਉਹਨਾਂ ਦੇ ਵੀ ਪਥਰਾਓ ਕਰ ਰਹੇ ਨੇ ਹੂੰ ਆਖਰ ਪੁਲਿਸ ਹੈ ਕਿ ਦੀਏ ਪੁਲਿਸ ਆਈ ਕਿੱਥੋਂ ਸਾਡੀ ਹੈ ਨਾ ਉਹ ਸਾਡੀ ਭਰਾ ਨੇ ਹੂੰ ਉਹ ਸਾਨੂੰ ਬਚਾਉਣ ਦੀ ਉੱਤੇ ਕੋਸ਼ਿਸ਼ ਕਰ ਰਹੇ ਸਨ ਲੇਕਿਨ ਉਹਨਾਂ ਦੇ ਵੀ ਨਹੀਂ ਸੁਣੀ ਜਾ ਰਹੀ ਉਨਾਂ ਦੇ ਵੀ ਮੰਨੀ ਜਾ ਰਹੀ ਉਹਨਾਂ ਤੇ ਵੀ ਪਥਰਾਉ ਕੀਤਾ ਜਾ ਰਿਹਾ ਉਹਨਾਂ ਤੇ ਵੀ ਉਹ ਕੋਸ਼ਿਸ਼ੀ ਹਤਕੰਡੇ ਜਿਹੜੇ ਨੇ ਇਸਤੇਮਾਲ ਕੀਤੇ ਜਾ ਰਹੇ ਨੇ ਇਹ ਕੌਣ ਲੋਗ ਨੇ ਇਹਨਾਂ ਨੂੰ ਰੋਕਣ ਦੀ ਜ਼ਰੂਰਤ ਹੈ ਇਹ ਕੌਣ ਲੋਗ ਨੇ ਕਿੱਥੋਂ ਆਏ ਨੇ ਇਹ ਇੱਕ ਦਫਾ ਨਹੀਂ ਹੋਇਆ ਸਭ ਇਸ ਗੱਲ ਤੋਂ آگਾਹ ਨੇ ਸਾਰਿਆਂ ਨੂੰ ਪਤਾ ਹੈ ਕਿ ਇਹ ਬਹੁਤ ਦਫਾ ਹੋ ਚੁੱਕਿਆ ਹੈ ਆਇਂਦਾ ਨਾ ਹੋਵੇ ਇਹਦੇ ਬਾਰੇ ਸੋਚਣ ਦੀ ਜ਼ਰੂਰਤ ਹੈ ਤੁਸੀਂ ਸਨਹਾਂ ਜੜਾਂ ਵਾਲੇ ਤੋਂ ਖਾਸ ਕਰਕੇ ਪਾਕਿਸਤਾਨ ਦੇ ਮਸੀਹਤ ਨੂੰ ਆਉਣ ਵਾਲੇ ਵਕਤ ਚ ਕਿਸਤਾ ਤੁਸੀਂ ਵੇਖਦੇ ਪਏ ਆਉਣ ਵਾਲਾ ਵਕਤ ਜਿਹੜਾ ਨਜ਼ਰ ਆ ਰਿਹਾ ਨਾ ਸਰ ਉਹ ਇਹ ਨਜ਼ਰ ਆ ਰਿਹਾ ਹੈ ਕਿ ਜਿਹੜੀ ਮਸੀਹਤ ਹੈ ਉਹ ਬਿਲਕੁਲ ਨਾ ਢਾਲ ਹੋ ਚੁੱਕੀ ਹੈ ਹਮ ਮੌਜੂਦਾ ਹਾਲਾਤ ਅੱਜ ਦੀ ਖਬਰ ਜਿਹੜੀ ਹੈ ਜਿਹੜੀ ਅੱਜ ਦੀ ਗੱਲ ਹੈ ਉਹ ਇਹ ਆ ਕਿ ਜਿੰਨੇ ਉਸ ਇਲਾਕੇ ਦੇ ਮਸੀਹੀ ਨੇ ਜੜ੍ਹਾਂ ਵਾਲੇ ਦੇ ਉਹਨਾਂ ਨੂੰ ਸਾਰੇ ਨੂੰ ਨੌਕਰੀਓ ਕੱਢ ਦਿੱਤਾ ਗਿਆ ਕੰਮਾਂ ਲੋ ਕੱਢ ਦਿੱਤਾ ਗਿਆ ਹੁਣ ਵੇਖਣ ਵਾਲੀ ਗੱਲ ਸੋਚਣ ਵਾਲੀ ਗੱਲ ਇਹ ਆ ਕਿ ਕਿੱਥੋਂ ਖਾਣਗੇ ਉਹ ਫੈਮਿਲੀਆਂ ਉਹ ਕਿੱਥੋਂ ਆਪਣਾ ਘਰ ਦਾ ਚੁੱਲ੍ਹਾ ਜਲਾਣਗੇ ਆ ਉਹ ਕਿੱਥੋਂ ਆਪਣਾ ਸਾਰਾ ਗੁਜ਼ਰਬਸਰ ਕਰਨਗੇ ਆ ਜਾਂ ਤੇ ਹਿਜਰਤ ਕਰਨ ਕਿਸੇ ਹੋਰ ਸ਼ਹਿਰ ਚ ਜਾਣ ਹਿਜਰਤ ਕਰਕੇ ਕਿੱਥੇ ਜਾਣਗੇ ਇਹ ਕੀ ਕਰਨਗੇ ਆ ਜਿੱਥੇ ਵੀ ਜਾਣਗੇ ਉੱਥੇ ਫੇਰ ਮਸਲਾ ਬਣਦਾ ਏ ਇਹਨਾਂ ਜਾ ਕੇ ਉੱਥੇ ਰਹਿਣਾ ਏ ਇਹਨਾਂ ਜਾ ਕੇ ਉੱਥੇ ਆਪਣੀ ਜ਼ਿੰਦਗੀ ਬਸਰ ਕਰਨੀ ਏ ਇਹਨਾਂ ਨੇ ਨੌਕਰੀਆਂ ਲੱਭਣੀਆਂ ਆ ਨੌਕਰੀਆਂ ਲੱਭਣ ਵਾਸਤੇ ਵੀ ਕਿਤੇ ਵੀ ਤੁਸੀਂ ادارے ਚ ਜਾਂਦੇ ਹੋ ਕਿਤੇ ਵੀ ਤੁਸੀਂ ਕਿਸੇ ਡਿਪਾਰਟਮੈਂਟ ਹੀ ਜਾਂਦੇ ਹੋ ਉੱਥੇ ਉਹਨਾਂ ਨੂੰ ਸ਼ਨਾਤੀਕਰ ਚਾਹੀਦਾ ਹੈ ਇਹਨਾਂ ਦੇ ਸ਼ਨਾਤੀਕਰ ਸੜ ਗਏ ਇਹਨਾਂ ਦੇ ਡੋਮਿਸਾਈਲ ਸੜ ਗਏ ਇਹਨਾਂ ਦੇ ਜ਼ਮੀਨਾਂ ਦੇ ਕਾਗਜ਼ ਸੜ ਗਏ ਇਹਨਾਂ ਦੇ ਨਕਾ ਨਾਮੇ ਸੜ ਗਏ ਹੁਣ ਗਵਰਨਮੈਂਟ ਨੂੰ ਇਹੋ ਹੀ ਅਪੀਲ ਕੀਤੀ ਜਾ ਸਕਦੀ ਹੈ ਕਿ ਮਿਹਰਬਾਨੀ ਕਰਕੇ ਇਸ ਇਲਾਕੇ ਦੇ ਜਿੰਨੇ ਵੀ ਲੋਗਾ ਦੇ ਸ਼ਨਾਖਤੀ ਕਾਰ ਜਲੇ ਨੇ ਜਾਂ ਮਿਸ ਜਾਂ ਅੱਗੇ ਪਿੱਛੇ ਹੋਏ ਨੇ ਮਿਹਰਬਾਨੀ ਕਰਕੇ ਉਹਨਾਂ ਨੂੰ ਇਹ ਇਜਾਜ਼ਤ ਦਿੱਤੀ ਜਾਵੇ ਔਰ ਨਾਜ਼ਰਾਂ ਨੂੰ ਇਹ ਜਿਹੜੀ ਤਫਸੀਲਾਂ ਜਿਹੜਾ ਬਿਆਨ ਕੀਤਾ ਜਾਵੇ ਉਹਨੂੰ ਦੱਸਿਆ ਜਾਵੇ ਕਿ ਇਹਦੇ ਜਿਹੜੇ ਸ਼ਨਾਖਤੀ ਕਾਰ ਨੇ ਉਹ ਜਿਹੜੇ ਨੇ ਜਾਰੀ ਕੀਤੇ ਜਾਣ ਤਾਂ ਕਿ ਕਿਸਤੇ ਵੀ ਜਾ ਕੇ ਆਪਣੀਆਂ ਨੌਕਰੀਆਂ ਲੱਭ ਸਕਣ ਆਪਣੇ ਘਰ ਦਾ ਬੰਦਾ ਬਸ ਕਰ ਸਕਣ ਜਿਹੜਾ ਕਿ ਇਸ ਵਕਤ ਬਹੁਤ ਜ਼ਰੂਰੀ ਹੈ ਮਿਹਰਬਾਨੀ ਕਰਕੇ ਮਿਹਰਬਾਨੀ ਕਰਕੇ ਇੱਕ ਦਫਾ ਫਿਰ ਕਹਾਂਗਾ ਮਿਹਰਬਾਨੀ ਕਰਕੇ ਇਸ ਪੁਆਇੰਟ ਨੂੰ ਜਿਹੜਾ ਹੈ ਉਹ ਨੋਟ ਕੀਤਾ ਜਾਵੇ ਔਰ ਇਹਨਾਂ ਬਾਰੇ ਸੋਚਿਆ ਜਾਵੇ ਕਿ ਇਹਨਾਂ ਦੇ ਸ਼ਨਾਤੀ ਕਾਰ ਡੋਮਿਸਾਈਲ ਕਾ ਨਾਮੇ ਔਰ ਖਾਸ ਤੌਰ ਇਹਨਾਂ ਦੀਆਂ ਜਿਹੜੀਆਂ ਰਜਿਸਟਰੀਆਂ ਜਾਂ ਸਟਾਮਨੇਸ ਘਰਾਂ ਦੇ ਉਹ ਵੀ ਜਿਹੜੇ ਨੇ ਇਹਨਾਂ ਦੇ ਬਣਾਏ ਜਾਣ ਤਾਂ ਕਿ ਕੋਈ ਅੱਜ ਇਹਨਾਂ ਦੀ ਲੁੱਟਮਾਰ ਹੋਈਏ ਅੱਜ ਇਹਨਾਂ ਦੇ ਘਰਾਂ ਨੂੰ ਸਾੜਿਆ ਗਿਆ ਹੈ ਅੱਜ ਇਹਨਾਂ ਨੂੰ ਉਥੋਂ ਕੱਢਣ ਦੀ ਕੋਸ਼ਿਸ਼ ਕੀਤੀ ਗਈ ਹੈ ਔਰ ਕੋਈ ਇਹ ਨਾ ਹੋਵੇ ਕਿ ਕੁਝ ਅਰਸੇ ਬਾਅਦ ਆ ਕੇ ਇਹਨਾਂ ਦੇ ਘਰਾਂ ਦਾ ਕੋਈ ਕਬਜ਼ਾ ਵੀ ਕਰ ਲਵੇ ਫੇਰ ਕੌਣ ਜ਼ਿੰਮੇਦਾਰ ਹੋਏਗਾ ਮਿਹਰਬਾਨੀ ਕਰਕੇ ਇਸ ਵਾਰ ਜਿਹੜਾ ਉਹ ਤੁਹਾਨੂੰ ਸੋਚਣਾ ਪਏਗਾ ਔਰ ਸੋਚਣ ਦੀ ਜ਼ਰੂਰਤ ਹੈ ਕਿਉਂਕਿ ਮੈਂ ਹੋਰ ਕਹ ਰਿਹਾ ਸੀ ਕਿ ਤੁਹਾਡਾ ਬੜਾ ਅੱਛਾ ਪੁਆਇੰਟ ਸੀ ਕਿ ਅਗਰ ਅੱਜ ਉਹ ਤਬਾਹ ਹੋਣਾ ਨਹੀਂ ਕਰਾਂ ਨੂੰ ਅੱਗ ਲਾਈਏ ਕੱਲ ਨੂੰ ਹੋ ਸਕਦਾ ਹੈ ਕਿ ਕੋਈ ਵੀ ਸ਼ਰ ਪਸੰਦ ਕੋਈ ਵੀ ਐਸਾ ਸ਼ਖਸ ਪਹਿਲਾਂ ਤੇ ਸਾੜ ਕੇ ਗਿਆ ਤੇ ਬਾਅਦ ਚ ਕੋ ਕੋ ਪਲਾਨ ਬਣਾ ਕੇ ਆ ਜਾਵੇ ਕਿ ਭਈ ਚਲੋ ਹੁਣ ਇਹਨਾਂ ਦੇ ਘਰਾਂ ਤੋਂ ਤੇ ਕਬਜ਼ਾ ਕਰੋ ਇਸ ਤੇ ਬੜਾ ਅੱਛਾ ਪਾਸਟਰ ਸਾਹਿਬ ਨੇ ਗੱਲ ਕੀਤੀ ਏ ਕਿ ਉਹਨਾਂ ਦੇ ਸ਼ਨਾਤੀ ਕਾਰਡਾਂ ਦਾ ਬੰਦੋਬਸ ਕੀਤਾ ਜਾਣਾ ਚਾਹੀਦਾ ਉਹਨਾਂ ਦੀਆਂ ਰਜਿਸਟਰੀਆਂ ਦਾ ਬੰਦੋਬਸ ਕੀਤਾ ਜਾਣਾ ਚਾਹੀਦਾ ਔਰ ਉਹਨਾਂ ਬੱਚੀਆਂ ਦੇ ਨਾਮਿਆਂ ਦਾ ਵੀ ਅਰੇਂਜ ਹੋਣਾ ਚਾਹੀਦਾ ਉਹਨਾਂ ਦੇ ਸ਼ਨਾਤੀ ਕਾਰਡ ਜਿਹੜੇ ਜਲਾ ਦਿੱਤੇ ਗਏ ਨੇ ਇਹ ਹਕੂਮਤ ਆਲਾ ਦੇ ਕੇ ਪਾਸਟਰ ਜੀ ਦਾ ਇਹ ਕਹਿਣਾ ਹੈ ਕਿ ਇਹ ਤ ਤਮਾਮ ਇੰਤਜ਼ਾਮਾਤ ਜਲਦੋਂ ਜਲਦ ਕੀਤੇ ਜਾਣ ਔਰ ਦੂਜੀ ਗੱਲ ਜਿਹੜੀ ਏ ਉਹਨਾਂ ਨੇ ਵਿੱਚ ਬਿਆਨ ਕੀਤੀ ਏ ਕਿ ਲੋਕਾਂ ਨੂੰ ਉਹਨਾਂ ਦੇ ਜੌਬਸ ਤੋਂ ਵੀ ਜਵਾਬ ਦੇ ਦਿੱਤਾ ਗਿਆ ਹੈ ਜਿਹੜੇ ਲੋਕ ਕਿਸੇ ਦੇ ਘਰਾਂ 'ਚ ਕੰਮ ਕਰਦੇ ਸਨ ਉਹਨਾਂ ਤੋਂ ਵੀ ਉਹਨਾਂ ਨੂੰ ਕੱਢ ਦਿੱਤਾ ਗਿਆ ਹੈ ਲੇਕਿਨ ਮੈਂ ਪਾਸਜੀਤਾ ਅੱਗੇ ਨਾਲੇ ਇੱਕ ਹੋਰ ਗੱਲ ਕਰਨਾ ਚਾਹ ਰਿਹਾ ਕਿ ਇਹ ਜਿਹੜੀ ਫਜ਼ਾਹ ਪਾਕਿਸਤਾਨ ਦੇ ਵਿੱਚ ਪੈਦਾ ਕੀਤੀ ਗਈ ਹੈ ਜਾਂ ਇਹ ਫਜ਼ਾਹ ਦਾ ਅਸਰات ਪਾਕਿਸਤਾਨ ਤੋਂ ਇਲਾਵਾ ਪੂਰੀ ਦੁਨੀਆ 'ਚ ਪਾਕਿਸਤਾਨ ਦਾ ਕੀ ਨਕਸ਼ਾ ਤੇ ਕਿਹੜਾ ਚਿਹਰਾ ਵਾਇਆ ਜਾ ਰਿਹਾ ਹੈ ਚਿਹਰਾ ਸਾਡਾ ਕੀ ਹੈ ਜੀ ਚਿਹਰਾ ਸਾਡਾ ਸਾਹਮਣੇ ਆ ਚੁੱਕਿਆ ਕੁਝ ਲੋਕਾਂ ਦੀ ਗਲਤੀ ਦੀ ਵਜ੍ਹਾ ਤੋਂ ਕੁਝ ਲੋਕਾਂ ਦੇ ਜਜ਼ਬਾਤ ਦੀ ਵਜ੍ਹਾ ਤੋਂ ਹੈ ਉਹਦੇ ਨਾਲ ਮਹਿਕਮੇ ਜਿਹੜੇ ਨੇ ਬਦਨਾਮ ਹੋਏ ਉਹਦੇ ਨਾਲ ਸਾਡੀ ਗਵਰਨਮੈਂਟ ਬਦਨਾਮ ਹੋਈ ਸਾਡੇ ਲੀਡਰ ਬਦਨਾਮ ਹੋਏ ਹੈ ਸਾਡਾ ਮੁਲਕ ਸਭ ਤੋਂ ਵੱਡੇ ਗਾਲੋ ਬਦਨਾਮ ਹੋਇਆ ਇਹ ਸਾਡਾ ਮੁਲਕ ਹੈ 80 ਨਾ ਜਾਣਾ ਇੱਥੋਂ ਦਾ ਨਾਂ ਸਾਨੂੰ ਕੋਈ ਘੱਲ ਸਕਦਾ ਬਹੁਤ ਸਾਰੇ ਜਿਹੜੇ ਨੇ ਬਿਆਨਾਂ ਦਿੱਤੇ ਜਾ ਰਹੇ ਨੇ ਕਿ ਇੰਨਾ ਚੂੜਿਆਂ ਨੂੰ ਇੱਥੋਂ ਕੱਢੋ ਇਹ ਜਿਹੜੇ ਹਜ਼ਰਤ ਇਹ ਗੱਲ ਕਰ ਰਹੇ ਨੇ ਮਿਹਰਬਾਨੀ ਕਰਕੇ ਸੁਣ ਲੋ ਵਕਨ ਖੋਲ ਕੇ ਕਿ ਪਾਕਿਸਤਾਨ ਸਾਡਾ ਹੈ ਮਸੀਆਂ ਦਾ ਹੈ ਇੱਥੇ ਸਾਡੇ ਵੱਡਿਆਂ ਨੇ ਕੁਰਬਾਨੀਆਂ ਦਿੱਤੀਆਂ ਨੇ ਆਪਣੀ ਜਿਹੜੀ تعلیم ਹੈ ਨਾ ਆਪਣੇ ਤੱਕ ਰੱਖੋ ਦੂਸਰਿਆਂ ਨੂੰ ਇਹ تعلیم ਮਤ ਦਵੋ ਤੁਸੀਂ ਲੀਡਰ ਜੇ ਤਾਂ ਲੀਡਰ ਬਣ ਕੇ ਰੋ ਸ਼ਰਪਸੰਨ ਮਤ ਬਣੋ ਹਰ ਬੰਦਾ ਉੱਠ ਰਿਹਾ ਹੈ ਕਦੀ ਕੁਛ ਕਹਿ ਰਿਹਾ ਹੈ ਕਦੀ ਕੁਛ ਕਹਿ ਰਿਹਾ ਹੈ ਮਿਹਰਬਾਨੀ ਕਰਕੇ ਗਵਰਨਮੈਂਟ ਇਹਨਾਂ ਦੇ ਬਿਆਨਾਂ ਉੱਤੇ ਵੀ ਜਰਾ ਇਹਨਾਂ ਤੇ ਤੁਹਾਡਾ ਐਕਸ਼ਨ ਲਿੱਤਾ ਜਾਵੇ ਤਾਂ ਕਿ ਕੋਈ ਵੀ ਐਸੀ ਗੱਲ ਨਾ ਕੀਤੀ ਜਾਵੇ ਜਿਸ ਦੇ ਨਾਲ ਦੂਸਰੇ ਮਜ਼ਹਬ ਨੂੰ ਠੇਸ ਪਹੁੰਚੇ ਜਿਸ ਦੇ ਨਾਲ ਦੂਸਰੇ ਸ਼ਖਸ ਨੂੰ ਕੋਈ ਪਰੇਸ਼ਾਨੀ ਹੋਵੇ ਜਿਸ ਦੇ ਨਾਲ ਦੂਸਰੇ ਮਜ਼ਹਬ ਦੀ ਤੋਹਫੀਨ ਹੋਵੇ ਦੂਸਰੇ ਸ਼ਖਸ ਦੀ ਤੋਹਫੀਨ ਹੋਵੇ ਇਹ ਸਭ ਤੋਂ ਵੱਡੀ ਅਜ਼ੀਅਤ ਹੈ ਜ਼ਿੰਨੀ ਅਜ਼ੀਅਤ ਜਿਹੜੀ ਦਿੱਤੀ ਜਾ ਰਹੀ ਹੈ ਕਿ ਕਮਾਂ ਤੋਂ ਕੱਢਿਆ ਜਾ ਰਿਹਾ ਦੁਕਾਨ ਤੇ ਬੀਬੀਆਂ ਸੌਦਾ ਸਾਮਾਨ ਲੈਣ ਜਾਂਦੀਆਂ ਨੇ ਸਬਜ਼ੀ ਲੈਣ ਜਾਂਦੀਆਂ ਨੇ ਉਹਨਾਂ ਨੂੰ ਸਬਜ਼ੀ ਨਹੀਂ ਦਿੱਤੀ ਜਾਂਦੀ ਉਹਨਾਂ ਨੂੰ ਗੱਡੀਆਂ ਤੇ ਨਹੀਂ ਬਿਠਾਇਆ ਜਾਂਦਾ ਉਹਨਾਂ ਨੂੰ ਰੱਖਿਆ ਤੋਂ ਬੇਇੱਜ਼ਤੀ ਕਰਕੇ ਲਾਇਆ ਜਾਂਦਾ ਹੈ ਇਹ ਕਿਹੜੇ ਪਾਕਿਸਤਾਨ 'ਚ ਅਸੀਂ ਵੜ ਗਏ ਆ ਇਹ ਕਿੱਥੋਂ ਆ ਗਿਆ ਪਾਕਿਸਤਾਨ ਇਹ ਪਾਕਿਸਤਾਨ ਸਾਡਾ ਪਾਕਿਸਤਾਨ ਨਹੀਂ ਹੈ ਸਾਡਾ ਪਾਕਿਸਤਾਨ ਮੁਹੱਬਤ ਵਾਲਾ ਪਾਕਿਸਤਾਨ ਹੈ ਇਹ ਸਾਡਾ ਪਾਕਿਸਤਾਨ ਉਹ ਪਾਕਿਸਤਾਨ ਹੈ ਜਿੱਥੇ ਸਾਡੇ ਵੱਡਿਆਂ ਨੇ ਪੱਗਾ ਵੰਡੀਆਂ ਸਨ ਬਜ਼ੁਰਗਾਂ ਨਾਲ ਇੱਕ ਦੂਸਰੇ ਨਾਲ ਬਹਿ ਕੇ ਖਾਣੇ ਪੀਣੇ ਸਨ ਇੱਕ ਦੂਸਰੇ ਨਾਲ ਮੀਟਿੰਗ ਕਰਦੇ ਸਨ ਇੱਕ ਦੂਸਰੇ ਦੁੱਖ ਸੁੱਖ ਦੇ ਵਿੱਚ ਸ਼ਰੀਕ ਹੁੰਦੇ ਸਨ ਅੱਜ ਤੇ ਉਹ ਮੁਹੱਬਤ ਹੀ ਖਤਮ ਹੋ ਗਈ ਹੈ ਅੱਜ ਤੇ ਉਹ برداشت ਹੀ ਨਹੀਂ ਹੈਗੀ ਉਹ ਇੱਕ ਦੂਸਰੇ ਨਾਲ ਲੜਦੇ ਵੀ ਹੋਣਗੇ ਬੋਲਦੇ ਵੀ ਹੋਣਗੇ ਸ਼ਾਮ ਨੂੰ ਫੇਰ ਇੱਕ ਜਗ੍ਹਾ ਤੇ ਬਹਿ ਕੇ ਹੂਕਾ ਪੀਂਦੇ ਰਹੇ ਉਹ ਮਹੱਬਤਾ ਵੰਡਦੇ ਨੇ ਇੱਕ ਦੂਸਰੇ ਦੇ ਦੁੱਖ ਸੁੱਖ ਚ ਸ਼ਰੀਕ ਹੁੰਦੇ ਨੇ ਮਿਹਰਬਾਨੀ ਕਰਕੇ ਇਹੋ ਜੇ ਜਥਿਆਂ ਤੇ ਇਹੋ ਜੇ ਸ਼ਰਪਸੰਦ ਲੋਗਾ ਤੇ ਜਲਦ ਜਲ ਜੜਾ ਉਹ ਕੰਟਰੋਲ ਕਰਨ ਦੀ ਜ਼ਰੂਰਤ ਹੈ ਤਾਂ ਕਿ ਸਾਡਾ ਜਿਹੜਾ ਪਾਕਿਸਤਾਨ ਹੈ ਉਹ ਬਦਨਾਮੀ ਤੋਂ ਰਸਵਾਈ ਤੋਂ ਉਹ ਬਚ ਜਾਵੇ ਤੇ ਸਾਡੀਆਂ ਇੱਜ਼ਤਾਂ ਵੀ ਮਹਿਫੂਜ਼ ਰਹਿਣ। ਨਾਜ਼ਿਰ ਮੈਂ ਸ਼ੁਕਰਗੁਜ਼ਾਰਾਂ ਰਵਰਨ ਫਿਆਜ਼ ਮਾਇਰ ਸਾਹਿਬ ਦਾ ਜਿਨ੍ਹਾਂ ਨੇ ਬੜੇ ਖੂਬਸੂਰਤ ਤਰੀਕੇ ਨਾਲ ਮੈਂ ਚੰਗੀਆਂ ਗੱਲਾਂ ਉਹਨਾਂ ਦੇ ਨਾਲ ਕੀਤੀਆਂ ਲੇਕਿਨ ਆਖਰੀ ਗੱਲ ਜਿਹੜੀ ਉਹਨਾਂ ਨੇ ਕੀਤੀ ਏ ਉਹ ਬੜੀ ਖਾਸ ਗੱਲ ਏ ਉਹ ਗੱਲ ਕੀ ਏ ਕਿ ਸਾਡੇ ਬਜ਼ੁਰਗਾਂ ਨੇ ਸਾਡੇ ਬਜ਼ੁਰਗਾਂ ਨੇ ਇਸ ਪਾਕਿਸਤਾਨ ਨੂੰ ਬਿਦਾਨ ਦੇ ਵਿੱਚ ਆਪਣਾ ਬੜਾ ਵੱਡਾ کردار ਅਦਾ ਕੀਤਾ ਮੈਂ ਆਪਣੇ ਪਿਛਲੇ ਪ੍ਰੋਗਰਾਮ ਦੇ ਵਿੱਚ ਵੀ ਇਹ ਗੱਲ ਕੀਤੀ ਕਿ ਅਸੀਂ ਉਹ ਲੋਕ ਆ ਜਿਨ੍ਹਾਂ ਨੇ ਪਾਕਿਸਤਾਨ ਦੇ ਵਿੱਚ ਆਪਣਾ ਸਭ ਤੋਂ ਵੱਡਾ کردار ਅਦਾ ਕੀਤਾ कि असी पाकिस्तान इन दुनियादा असी मजबूत किया पाकिस्तान के अदारे जड़े स मजबूत किया जसर कर्नीलियसू भी याद करो ती जनरल मैसूरी याद करो फ्रैंक मैसूरी का नाम मैं ला रहा तमाम साढ़े नेवल के जोड़े चीफ सन या वो ਫਜ਼ਾਈਆ ਦੇ ਜਿਹੜੇ ਚੀਫ ਸਨ ਜਾਂ ਬੜੀ ਫਾਇਦੇ ਜਿਹੜੇ ਚੀਫ ਸਨ ਅਸੀਂ ਹਮੇਸ਼ਾ ਇਹ ਗੱਲ ਕਰਨੇ ਆ ਕਿ ਜਿੰਨੀ ਦੇ ਤੱਕ ਪਾਕਿਸਤਾਨ ਨੂੰ ਸਾਡੀ ਜ਼ਰੂਰਤ ਸੀ ਉਨੀ ਦੇ ਤੱਕ ਸਾਨੂੰ ਵੱਡੀਆਂ ਸੀਟਾਂ ਨਹੀਂ ਦਿੱਤੀਆਂ ਗਈਆਂ ਪਾਸਟ ਜੀ ਦਾ ਇਹ ਕਹਿਣਾ ਹੈ ਔਰ ਇਹ ਗੱਲ ਮੈਂ ਵੀ ਨਾਲੇ ਕਹਿ ਰਿਹਾ ਕਿ ਪਾਕਿਸਤਾਨ ਦੇ ਵਿੱਚ ਅਸਾਂ ਪਾਕਿਸਤਾਨ ਨੂੰ ਬਹੁਤ ਮਜ਼ਬੂਤ ਕੀਤਾ ਜਿਹਦੇ ਵਿੱਚ ਹਰ ਇਨਸਾਨ ਇਸ ਗੱਲ ਨੂੰ ਕਰਦਾ ਪਿਆ ਹੈ ਲੇਕਿਨ ਅਸੀਂ ਚੀਜ਼ ਜਸਾ ਸਕੇ ਅਸੀਂ तमाम ਜਿੰਨੇ ਵੀ ਮਹੱਤਮੇ ਨੇ ਉਹਨਾਂ ਅਗੇ ਇਹ ਗੱਲ ਕਰਨਾ ਚਾਹੁੰਦੇ ਆ ਰੱਖਣਾ ਚਾਹੁੰਦੇ ਆ ਅਸੀਂ ਸਾਰੇ ਮਿਲ ਕੇ ਕਿ ਉਹ तमाम ਸ਼ਰਪਸੰਦਾ ਦਾ ਤੁਸੀਂ ਖਾਸ ਹੋ ਕੇ ਪਿੱਛਾ ਕਰੋ ਜਿਹੜੇ ਪਾਕਿਸਤਾਨ ਨੂੰ ਤੋੜਨਾ ਚਾਹਲੇ ਨੇ ਇਸ ਪਾਕਿਸਤਾਨ ਨੂੰ ਬਖੇਰਨਾ ਚਾਹਨੇ ਪਏ ਨੇ ਜਿਸਾਂ ਕਿ ਮੈਂ ਪਿਛਲੀ ਵਾਰ ਵੀ ਕਿਹਾ ਸਾਨਿਹਾ ਸ਼ਾਂਤੀ ਨਗਰ ਸਾਨਿਹਾ ਗੋਜਰਾ ਸਾਨਿਹਾ ਬਾਮਨੀ ਵਾਲਾ ਸਾਨਿਹਾ ਸਹੀਵਾਲ ਸਾਨਿਹਾ ਜੋਸਫ ਕਲੋਨੀ ਔਰ ਸਾਨਿਹਾ ਜੜਾ ਵਾਲਾ ਅਸੀਂ 1997 ਤੋਂ ਇਹ ਸਾਰੇ ਸਾਨਿਹਾ ਦੇ ਵਿੱਚ ਅਸੀਂ ਸਾਰੀਆਂ ਅਸੀਂ ਤਾਂ ਵੇਖਣੇ ਪਏ ਆ ਲੇਕਿਨ ਅਸੀਂ ਉਹਨਾਂ ਲੋਕਾਂ ਦਾ ਚਾਹਦੇ ਆਂ ਕਿ ਹਾਕਮਿਆਂ ala ਉਹਨਾਂ ਦਾ ਪਿੱਛਾ ਕਰਨ ਜਿਹੜੇ ਇਸ ਮੁਲਕ ਨੂੰ ਔਰ ਇਸ ਮੁਲਕ ਦੀ ਇਕਜਹਿਤੀ ਨੂੰ ਤੋੜਨਾ ਚਾਹਦੇ ਪਏ ਨੇ ਇਹ ਸ਼ਰੰਗੇਜ਼ੀਆਂ ਹੋਈਆਂ ਨੇ ਜਿਵੇਂ ਕਿ ਪਾਸ ਜੀ ਨੇ ਆਪਣਾ ਅੱਖੋਂ ਤੇ ਖਾਲ ਵੇਖਿਆ ਔਰ ਉਹਨਾਂ ਨੇ ਗੱਲ ਕਹੀ ਏ ਕਿ ਇੱਕ ਪਲਾਨ ਬੜੀ ਦੇ ਤੋ ਚੱਲਦਾ ਪਿਆ ਸੀ ਔਰ ਉਹ ਐਵੇਂ ਨਹੀਂ ਇਕਦਮ ਇਹ ਸਭ ਕੁਝ ਸਾਰ ਦਿੱਤਾ ਜਾਂਦਾ ਫਿਰ ਜੱਥੇ ਬਣਾ ਬਣਾ ਕੇ ਭੇਜਿਆ ਜਾਂਦਾ ਹੈ ਮੇਰੇ ਅਜ਼ੀਜ਼ੋ ਔਰ ਮੇਰੇ ਨਾਜ਼ਰੀਨ ਅੱਜ ਦੀ ਗੱਦੇ ਨਾਲ ਮੈਂ ਇਹ ਇਹ ਪੇਗਾਮ ਅਸੀਂ ਦੇਣਾ ਚਾਹਨੇ ਆ ਕਿਸਰਾ ਕੋਰੋਂ ਫਿਕਰ ਕਰੋ ਤੇ ਜਿਹੜੇ ਗੱਲ ਖਾਸ ਤੋਂ ਤੁਹਾਨੂੰ ਪੁਆਇੰਟ ਦੱਸੇ ਨੇ ਕਿ ਸਾਨਿਹਾ ਜੜਾ ਵਾਲਾ ਦੇ ਅੰਦਰ ਜੋ ਕੁਝ ਜਲਾਇਆ ਗਿਆ ਹੈ ਉਹਦੇ ਨਾਲ ਬਹੁਤ ਸਾਰੇ ਲੋਕਾਂ ਦੇ ਸ਼ਨਾਤੀ ਕਾਰਡ ਜਲ ਗਏ ਨੇ ਰਜਿਸਟਰੀਆਂ ਜਲ ਗਈਆਂ ਨੇ ਨਕਾ ਨਾ ਮੇ ਜਲਗੇ ਨੇ ਬੱਚਾ ਤੇ ਡੋਬੀ ਸ਼ਾਲ ਤੱਕ ਜਲਗੇ ਨੇ ਇਹਦੇ ਤੇ ਗੌਰ ਕਰੋ ਔਰ ਖਾਸ ਹੋਤੇ ਅਸੀਂ ਆਪਣੇ ਮਹਿਕਮਾ ਨਾਦਰਾਂ ਦੇ ਅੱਗੇ ਵੀ ਇਹ ਕਵਾਂਗੇ ਔਰ ਹਕਮਯਾਲਾ ਨੂੰ ਕਿ ਨਾਦਰਾਂ ਨੂੰ ਪਾਬੰਦ ਕੀਤਾ ਜਾਵੇ ਕਿ ਜਲਦ ਜਲਦ ਇਹਨਾਂ ਲੋਕਾਂ ਦੇ ਤਮਾਮ ਡਾਕੂਮੈਂਟਸ ਤਿਆਰ ਕੀਤੇ ਜਾਣ ਤਾਂ ਕਿ ਤਮਾਮ ਲੋਗ ਬਰਸੇ ਰੋਜ਼ਗਾਰ ਵੀ ਹੋ ਸਕਣ ਉਹਨਾਂ ਦੀਆਂ ਰਜਿਸਟਰੀਆਂ ਦਾ ਜਲਦ ਆ ਜਲਦ ਬੰਦਬਸ ਕੀਤਾ ਜਾਵੇ ਅੱਜ ਦੇ ਇਸੇ ਪ੍ਰੋਗਰਾਮ ਦੇ ਨਾਲ ਅੱਜ ਦੀ ਗੱਲ ਦਾ ਇਸ ਪ੍ਰੋਗਰਾਮ ਨੂੰ اختتام ਲੈ ਕੇ ਆ ਕੇ ਸਭ ਨੂੰ ਅਸੀਂ ਕਵਾਂਗੇ ਜ਼ਰੂਰ ਇਸ ਪ੍ਰੋਗਰਾਮ ਨੂੰ ਦੂਸਰੇ ਤੱਕ ਪਹੁੰਚਾਓ اور کوشش ਕਰੋ ਕਿ ਸਾਡ ਨੂੰ ਇਹਦਾ ਬੈਕਅਪ ਵੀ ਦਿਦੋ ਤਾਂ ਕਿ ਅਸੀਂ ਬਿਹਤਰ ਤੋਂ ਬਿਹਤਰ ਤੁਹਾਡੇ ਲਈ ਪ੍ਰੋਗਰਾਮ ਲੈ ਕੇ ਆਂਦੇ ਰਹੀਏ ਅੱਜ ਦੇ ਪ੍ਰੋਗਰਾਮ ਅੱਜ ਦੀ ਗੱਲ ਦੇ ਨਾਲ ਮੈਂ ਆਪਣੇ ਪ੍ਰੋਗਰਾਮ ਦਾ اختتام ਕਰਨਾ ਫਿਰ ਦੁਬਾਰਾ ਮੈਂ ਐਸੇ ਪ੍ਰੋਗਰਾਮ ਨੂੰ ਲੈ ਕੇ ਆਵਾਂਗਾ पाकिस्तान ज़िंदबाद जय मसी